ਬਹੁਤ ਮੰਦਭਾਗੀ ਖਬਰ ਕੱਲ ਗੜ ਸ਼ੰਕਰ ਤੋਂ ਆਈ ਜਿੱਥੇ ਦੇ ਨੀਂ ਪਹਾੜੀ ਪਿੰਡ ਜੀਜੋ ਦੁਆਬਾ ਦੀ ਖੱਡ ਵਿੱਚ ਇੱਕ ਇਨੋਵਾ ਕਾਰ ਮੀ ਕਰਕੇ ਪਿੱਛੋਂ ਆਏ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਈ ਤੇ ਕਾਰ ਦੇ ਵਿੱਚ ਸਵਾਰ ਇੱਕੋ ਪਰਿਵਾਰ ਦੇ 9 ਮੈਂਬਰਾਂ ਸਮੇਤ 10 ਜਣਿਆਂ ਦੀ ਜਾਨ ਚਲੀ ਗਈ ਜਾਨ ਗਵਾਉਣ ਵਾਲਿਆਂ ਦੇ ਵਿੱਚ ਕਾਰ ਡਰਾਈਵਰ ਵੀ ਸ਼ਾਮਿਲ ਹੈ ਹਾਲਾਂਕਿ ਇਲਾਕਾ ਨਿਵਾਸੀਆਂ ਨੇ ਭਾਰੀ ਮੁਸ਼ਕਲ ਤੋਂ ਬਾਅਦ ਇੱਕ ਵਿਅਕਤੀ ਨੂੰ ਬਚਾ ਲਿਆ ਵਾਹਨ ਵਿੱਚ ਕੁੱਲ 12 ਜਣੇ ਸਵਾਰ ਸਨ ਪ੍ਰਸ਼ਾਸਨ ਦੇ ਵੱਲੋਂ 9 ਦੇਹਾਂ ਤਬਰਾਮਤ ਕਰ ਲਈਆਂ ਗਈਆਂ ਦੋ ਲਾਪਤਾਹੀ ਹਨ ਇਹ ਪਰਿਵਾਰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਪਿੰਡ ਦੇਰਾ ਮੈਥਪੁਰ ਦਾ ਰਹਿਣ ਵਾਲਾ ਸੀ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੇ ਨਵਾਂ ਸ਼ਹਿਰ ਨੂੰ ਆ ਰਿਹਾ ਸੀ ਹਾਦਸਾ ਸਵੇਰੇ ਕਰੀਬ 10 ਵਜੇ ਵਾਪਰਿਆ ਬਚਾਏ ਗਏ ਵਿਅਕਤੀ ਦੀ ਪਛਾਣ ਦੀਪਕ ਪਾਟਿਆ ਪੁੱਤਰ ਸਰਜੀਤ ਪਾਟਿਆ ਵਾਸੀ ਦੇਰਾ ਵਜੋਂ ਹੋਈ ਹੈ ਦੀਪਕ ਨੇ ਦੱਸਿਆ ਕਿ ਉਹ ਆਪਣੇ ਪਿੰਡੋਂ ਕਿਰਾਏ ਦੇ ਵਾਹਨ ਰਾਹੀਂ ਨਵਾਂ ਸ਼ਹਿਰ ਦੇ ਵਿੱਚ ਵਿਆਹ ਚ ਆ ਰਹੇ ਸਨ ਇਸ ਦੌਰਾਨ ਜੀਜੂ ਨੇੜੇ ਉਹਨਾਂ ਦਾ ਵਾਹਨ ਖੱਡ ਵਿੱਚ ਫਸ ਗਿਆ ਤੇ ਪਿੱਛੋਂ ਆਏ ਤੇਜ਼ ਵਹਾਅ ਦੇ ਵਿੱਚ ਰੁੜ ਗਿਆ। ਦੀਪਕ ਨੇ ਦੱਸਿਆ ਕਿ ਕਾਰ ਦੇ ਵਿੱਚ ਉਸਦਾ ਪਿਤਾ surjit singh, ਮਾਂ paramjeet ਕੌਰ ਅਤੇ ਚਾਚਾ ਸਰੂਪ ਚੰਦ, ਚਾਚੀ ਬਿੰਦਰ, ਮਾਸੀ ਸ਼ਿੰਨੂ ਸਮੇਤ ਮਾਸੀ ਦੀਆਂ ਦੋ ਧੀਆਂ ਭਾਵਨਾ, ਅੰਕੂ, ਪੁੱਤ ਹਰਸ਼ਿਤ ਅਤੇ ਕਾਰ ਚਾਲਕ ਸਮੇਤ ਇੱਕ ਹੋਰ ਵਿਅਕਤੀ ਸਵਾਰ ਸਨ। ਵਾਹਨ ਦੇ ਖੱਡ ਵਿੱਚ ਹੜ੍ਹ ਜਾਣ ਤੋਂ ਬਾਅਦ ਇਲਾਕਾ ਵਾਸੀਆਂ ਨੇ ਕਾਰ ਸਵਾਰਾਂ ਨੂੰ ਬਾਹਰ ਕੱਢਣ ਦਾ ਬਹੁਤ ਯਤਨ ਕੀਤਾ। ਪਰ ਉਹਨਾਂ ਨੂੰ ਵੀ ਪਾਣੀ ਦੇ ਤੇਜ਼ ਵਹਾਅ ਕਰਕੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਲੋਕਾਂ ਨੇ ਜਦੋਂ ਜਹਿਦ ਤੋਂ ਬਾਅਦ ਕਾਰ ਸਵਾਰਾਂ ਦੇ ਵਿੱਚੋਂ ਦੀਪਕ ਭਾਟੀਆਂ ਨੂੰ ਤਾਂ ਬਚਾ ਲਿਆ ਕਾਰ ਖੱਡ ਦੇ ਵਿੱਚ ਕਰੀਬ 150 ਮੀਟਰ ਮੂਹਰੇ ਜਾ ਕੇ ਝਾੜੀਆਂ ਵਿੱਚ ਫਸ ਗਈ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਵੀ ਘਟਨਾ ਸਥਾਨ ਤੇ ਪਹੁੰਚੀ ਲੋਕਾਂ ਦੀ ਮਦਦ ਵਿੱਚ ਬਚਾਅ ਮੁਹਿੰਮ ਸ਼ੁਰੂ ਕੀਤੀ ਪਰ ਹੱਥ 'ਚ ਸਿਰਫ ਮਰਤਕ ਦੇਹਾਂ ਆਈਆਂ ਬਾਕੀ ਬਾਕੀ ਹੜ੍ਹ ਹੀ ਹੈ ਜੀ ਹਾਂ ਜੀ ਪੰਜ ਬੰਦੇ ਮਿਲੇ ਨਹੀਂ ਟੋਲਦੇ ਪਏ ਅੱਧੋਆ ਤੋਂ ਅੱਗੇ ਚੱਲ ਗਏ ਸਾਡੇ ਬੰਦੇ ਕੀ ਕਾਰਨ ਮੰਨਦੇ ਆ ਪਾਣੀ ਜ਼ਿਆਦਾ ਸੀ ਜ਼ਿਆਦਾ ਸੀਗਾ ਪਾਣੀ ਬਹੁਤ ਜ਼ਿਆਦਾ ਛੱਟੋ ਘਾੜੀ 15 ਫੁੱਟ ਪਾਣੀ ਹੁੰਦਾ ਸੀ ਹੂੰ ਹੂੰ ਬਹੁਤ ਜ਼ਿਆਦਾ ਪਾਣੀ ਸੀ ਜਾਨ ਬਰਜੋਦ ਇੱਕ ਵਾਰ ਫਿਰ ਤਸਵੀਰਾਂ ਨਹੀਂ ਆਉਂਦੇ ਆ ਵੋਟਾਂ ਮੰਗ ਕੇ ਚਲੇ ਜਾਂਦੇ ਆ ਮੁੜ ਕੇ ਕੋਈ ਇੱਥੇ ਵਰਦਾ ਨਹੀਂ ਨਾ ਕੋਈ ਇੱਥੇ ਪੁੱਛਗੇ ਜੀ ਮੈਂ ਸੁਣਿਆ ਕਿ 11 ਬੰਦੇ ਸੀਗੇ ਜੀ ਇੱਕ ਬਚਿਆ ਤੇ ਬਾਕੀ ਢੁੜ ਗਏ ਤੇ ਬਾਕੀ ਪੰਜ ਪੰਜ ਕਲਸ਼ਾਂ ਲੱਭੀਆਂ ਕਹਿੰਦੇ ਬਾਕੀ ਜੀ ਕੋਈ ਪਤਾ ਨਹੀਂ ਹਾਦਸੇ ਦੀ ਸੂਚਨਾ ਮਿਲਦੇ ਆਮ ਆਦਮੀ ਪਾਰਟੀ ਦੇ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾਕਟਰ ਰਾਜ ਕੁਮਾਰ ਚੱਬੇਵਾਲ ਵੀ ਮੌਕੇ ਤੇ ਪਹੁੰਚੇ ਉਹ ਪਿੰਡ ਹੈ ਜਿਹੜਾ ਹਿਮਾਚਲ ਤੇ ਪੰਜਾਬ ਦੀ ਬਿਲਕੁਲ ਬਾਉਂਡਰੀ ਤੇ ਹੈ ਔਰ ਜਦੋਂ ਵੀ ਹੜ ਆਉਂਦੇ ਆ ਤੇ ਬਹੁਤ ਜ਼ਿਆਦਾ ਸਪੀਡ ਨਾਲ ਹੜ ਆਉਂਦੇ ਆ ਬਹੁਤ ਤੇਜ਼ੀ ਨਾਲ ਆਉਂਦੇ ਤੇ ਅੱਜ ਬਹੁਤ ਹੀ ਮੰਦਭਾਗੀ ਘਟਨਾ ਉੱਥੇ ਵਾਪਰੀ ਹੈ ਜਿਸ ਦਾ ਬੇਹੱਦ ਦੁੱਖ ਹੈ ਔਰ ਮੌਕੇ ਤੇ ਜਦੋਂ ਮੈਂ ਹੁਣ ਪਹੁੰਚਿਆ ਤੇ ਉੱਥੇ ਬਹੁਤ ਸਾਰੇ ਸਾਥੀਆਂ ਨੇ ਕੋਸ਼ਿਸ਼ ਵੀ ਕੀਤੀ ਇੱਕ ਐਨੋਵਾ ਸੀ ਜਿਸ ਐਨੋਵਾ ਦੇ ਵਿੱਚ ਕਰੀਬ 12 ਜਣੇ ਜਿਹੜੇ ਉਹ ਸੀਗੇ ਡਰਾਈਵਰ ਤੇ ਬਾਕੀ 11 ਲੋਕ ਦੂਸਰੇ ਸੀ ਕਿਸੇ ਵਿਆਹ ਤੇ ਜਾ ਰਹੇ ਸੀ ਔਰ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਵੀ ਅੱਗੇ ਫਲੋ ਬਹੁਤ ਜ਼ਿਆਦਾ ਹੜ ਹੈ ਕਿ ਤੁਸੀਂ ਰੁਕ ਜਾਓ ਪਰ ਉਹ ਨਹੀਂ ਰੁਕੇ ਜਿਸ ਦੇ ਕਰਕੇ ਜਦੋਂ ਅੱਗੇ ਵਧੇ ਪੌੜੀ ਐਨੋਵਾ ਹੜ ਦੇ ਨਾਲ ਹੀ ਬਿਲਕੁਲ ਜਦੋਂ ਅੱਗੇ ਚਲੀ ਗਈ ਤਾਂ ਉਸ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਬਚਾਉਣ ਦੀ ਪਰ ਉਹਦੇ ਵਿੱਚੋਂ ਸਿਰਫ ਇੱਕ ਜਣਾ ਹੀ ਬਚਾ ਸਕੇ ਬਾਕੀ ਸਾਰਿਆਂ ਦੀ ਜਿਹੜੀ ਹੈ ਨੌ ਬਾਡੀਜ਼ ਦੇ ਰਿਕਵਰ ਹੋ ਗਏ ਆ ਜਿਹੜੀਆਂ ਕਿ ਜਲੇ ਦੀ ਮੌਤ ਇਸ ਖਬਰ ਦੇ ਨਾਲ ਹਰ ਕੋਈ ਤੁਰ ਅੰਦਰੋਂ ਹਿਲ ਗਿਆ ਪੰਜਾਬ ਤੇ ਹਿਮਾਚਲ ਦੇ ਮੁੱਖ ਮੰਤਰੀਆਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਬਹੁਤ ਹੀ ਮੰਦ ਭਾਗੀ ਘਟਨਾ ਹੈ ਉਨ੍ਹਾਂ ਨੇ ਪੀੜਤ ਪਰਿਵਾਰ ਦੇ ਵਾਰਸਾਂ ਨੂੰ 4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ ਵੀ ਘਟਨਾ ਤੇ ਦੁੱਖ ਪ੍ਰਗਟਾਉਂਦੇ ਆਮਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਤੇ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਊਗੀ। ਗੜਸ਼ੰਕਰ ਇਲਾਕੇ ਵਿੱਚ ਲੰਗੀ ਰਾਤ ਤੋਂ ਹੀ ਮੀਂਹ ਪੈ ਰਿਹਾ ਸੀ। ਪਾਣੀ ਘਰਾਂ 'ਚ ਦਾਖਲ ਹੋਣ ਕਰਕੇ ਆਮ ਲੋਕ ਵੀ ਇੱਥੇ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਦੇਖੇ ਗਏ। ਤੇ ਮੌਸਮ ਵਿਭਾਗ ਨੇ 15 ਅਗਸਤ ਤੱਕ ਮੀਂਹ ਪੈਣ ਦੀ ਪੁਹੇਖਬਾਣੀ ਜਾਰੀ ਕੀਤੀ ਹੈ ਇਸੇ ਤਰ੍ਹਾਂ ਚੰਡੀਗੜ੍ਹ ਅੰਮ੍ਰਿਤਸਰ ਲੁਧਿਆਣਾ ਪਠਾਨਕੋਟ ਜਲੰਧਰ ਮੁਹਾਲੀ ਪਟਿਆਲਾ ਰੂਪਨਗਰ ਗੁਰਦਾਸਪੁਰ ਸਣੇ ਜਿੱਥੇ-ਜਿੱਥੇ ਵੀ ਪਰਵਾ ਮੀਂਹ ਪਿਆ ਉੱਥੇ 2 ਤੋਂ 3-3 ਫੁੱਟ ਤੱਕ ਪਾਣੀ ਖੜਾ ਹੋ ਗਿਆ ਸੀ ਪਟਿਆਲਾ ਦੇ ਸਮਾਣਾ ਦੇ ਵਿੱਚ ਵੀ ਲੋਕ ਘਰਾਂ ਦੇ ਅੰਦਰ ਡੱਕੇ ਗਏ ਕਿਉਂਕਿ ਸੜਕਾਂ ਤੇ ਪਾਣੀ ਪਾਣੀ ਸੀ हिमाचल प्रदेश ਦੇ ਵਿੱਚ ਪਿਛਲੇ 2 ਦਿਨਾਂ ਤੋਂ ਲਗਾਤਾਰ ਪਾਰਿਮੀ ਪੈ ਰਿਹਾ ਹੈ ਜਿਸ ਕਰਕੇ ਇਥੇ ਹੜ੍ਹਾਂ ਵਰਗੇ ਹਾਲਾਤ ਬਣ ਗਏ ਨੇ 2 ਲੜਕੀਆਂ ਤੇ 1 ਮਹਿਲਾ ਦੀ ਜਾਨ ਚਲੀ ਗਈ ਹੈ 1 ਵਿਅਕਤੀ ਇਥੇ ਲਾਪਤਾ ਦੱਸਿਆ ਜਾ ਰਿਹਾ ਹੈ 280 ਤੋਂ ਵੱਧ ਸੜਕਾਂ ਸੂਬੇ ਚ ਬੰਦ ਹੋ ਗਈਆਂ ਨੇ 150 ਦੇ ਕਰੀਬ ਸੜਕਾਂ ਤਾਂ ਸਨੇਚਰਵਰਨ ਨੂੰ ਹੀ ਬੰਦ ਹੋ ਗਈਆਂ ਸਨ ਉਹਨਾਂ ਦੇ ਵਿੱਚ ਨਦੀਆਂ ਨਾਲਿਆਂ ਦਾ ਪਾਣੀ ਲੋਕਾਂ ਦੇ ਘਰਾਂ ਚ ਵੜ ਗਿਆ ਲਾਹਾਲ ਸਪਿਤੀ ਪੁਲਿਸ ਨੇ ਸਥਾਨਕ ਲੋਕਾਂ ਤੇ ਯਾਤਰੀਆਂ ਨੂੰ ਵਧੇਰੇ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ ਪ੍ਰਸ਼ਾਸਨ ਨੇ ਲੋਕਾਂ ਨੂੰ ਜਾਲਮਾਨ ਨਾਲਾ ਪਾਰ ਨਾ ਕਰਨ ਲਈ ਕਿਹਾ ਕਿਉਂਕਿ ਇਦੇ ਵਿੱਚ ਪਾਣੀ ਦਾ ਲਗਾਤਾਰ ਪੱਧਰ ਵਧ ਰਿਹਾ ਹੈ ਮਾਰਕੰਡਾ ਨਦੀ ਵਿੱਚ ਵੀ ਪਾਣੀ ਦਾ ਪੱਧਰ ਵਧਣ ਕਰਕੇ ਸਿਰਮੌਰ ਜ਼ਿਲ੍ਹੇ ਦੇ ਪੌਂਟਾ ਸਾਹਿਬ ਤਹਿਸੀਲ ਦੇ ਪਿੰਡ ਕਾਤਸਾਂ ਨੇੜੇ ਫਸੇ ਇੱਕ ਪਰਿਵਾਰ ਦੇ 7 ਮੈਂਬਰਾਂ ਨੂੰ 13 ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਪ੍ਰਸ਼ਾਸਨ ਨੇ ਆਖਰਕਾਰ ਬਚਾ ਲਿਆ ਮੌਸਮ ਵਿਭਾਗ ਨੇ ਚੰਬਾ ਹਮੇਰਪੁਰ ਕੁਲੂ ਮੰਡੀ ਸਿਰਮੌਰ ਤੇ ਸ਼ਿਮਲਾ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਹਲਕੇ ਤੋਂ ਮੱਧਮ ਹੜ੍ਹਾਂ ਦੇ ਖਤਰੇ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ ਤੇ ਕੁਲੂ ਮੰਡੀ ਤੇ Shimla ਵਿੱਚ 31 ਜੁਲਾਈ ਤੋਂ ਬਾਅਦ ਜਿਹੜੇ ਹੜ ਆਏ ਸਨ ਬੱਦਲ ਫਟਣ ਕਰਕੇ ਉਹਨਾਂ ਚ ਲਾਪਤਾ ਹੋਏ 30 ਦੇ ਕਰੀਬ ਵਿਅਕਤੀਆਂ ਨੂੰ ਲੱਭਣ ਦਾ ਕੰਮ ਹਾਲੇ ਤੱਕ ਜਾਰੀ ਹੈ ਹੁਣ ਤੱਕ ਸਿਰਫ 28 ਦੇਹਾਂ ਹੀ ਬਰਾਮਦ ਹੋਈਆਂ ਨੇ